ਪਾਕਿਸਤਾਨੀਓ, ਪਹਿਲੇ ਤੇ ਸਾਰਿਆਂ ਨੂੰ ਸਲਾਮ। ਤੇ ਫੇਰ ਗੱਲ ਇੰਜੇ, ਅੱਜ ਇਹ ਦੇਖੋ ਅਸੀਂ ਲਾ ਰਹੇ ਹਾਂ ਬੀ ਯੂਰੋ ਦਾ। ਯੂਰੋ ਤੁਹਾਨੂੰ ਪਤਾ ਕਿੰਨਾ ਸੌਖਾ ਕਮਾਉਣਾ, ਦੇਖੋ ਇਹ ਲਾਈ ਜੋ 4 ਮਹੀਨੇ ਚ ਇਹਨੇ ਤਿਆਰ ਹੋ ਜਾਣਾ, ਪੱਟ ਕੇ ਫਿਰ ਸਾਰੇ ਭਰਾਵਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਨੀਆਂ। ਮੇਰਾ ਵੱਡਾ ਭਰਾ ਵੇ ਇੱਕ ਪਾਕਿਸਤਾਨ ਮੁਬਾਰਕ ਅਲੀ, ਉਹਨੇ ਮੰਗਿਆ ਗਲੈਕਸੀ 5, ਉਹਦੇ ਵਾਸਤੇ ਜਿਹੜਾ ਮਿਹਨਤ ਕਰ ਰਹੇ ਹਾਂ। ਇੱਕ ਬੂਟਾ ਲਾਇਆ ਜਾ, ਮਹੀਨੇ ਚ ਇੰਨੀ ਸਾਡੀ ਬਚਤ ਨੀ ਜਿੰਨੇ ਦਾ ਗਲੈਕਸੀ ਆਉਂਦਾ। ਅਸੀਂ ਇਹ ਦੇਖੋ 20-20 ਰੁਪਏ ਇਕੱਠੇ ਕਰਨੇ ਆ, ਪੂਰੀ ਦਿਹਾੜ ਖੱਜਲ ਹੋ ਕੇ। ਮੌਸਮ ਤੇ ਮਾਰਿਓ ਭਾਈ ਜਾਨ, ਕਿਹੋ ਜਿਹਾ ਮੌਸਮ, ਇਹੋ ਜਿਹਾ ਮੌਸਮ ਹੁੰਦਾ ਘਰ ਬਿਸਤਰਿਆਂ ਚ ਬਹਿਣ ਵਾਲਾ। ਅਸੀਂ ਦੇਖ ਲੋ ਫੇਰ ਵੀ, ਕਿਉਂਕਿ ਆਪੇ ਔਖੇ ਹੋ ਲੈਣੇ ਆ, ਤੇ ਪਾਕਿਸਤਾਨੀ ਭਰਾਵਾਂ ਨੂੰ ਜਾਂ ਆਪਣੇ ਘਰਦਿਆਂ ਨੂੰ ਆਨੇ ਆ, ਉਹ ਨਾ ਔਖੇ ਹੋਣ, ਉਹਨਾਂ ਵਾਸਤੇ ਮਿਹਨਤ ਕਰ ਰਹੇ ਆ। ਦੇਖ ਲੋ ਗੋਡੇ ਕਿਵੇਂ ਮੂੰਹਦੇ ਮਾਰਨ, ਸਾਡੀਆਂ ਹਾਲਤਾਂ ਤੱਕ ਲੋ, ਇਹ ਹੱਥਾਂ ਦੇ ਹਾਲਤ ਤੱਕ ਲੋ, ਛਿਲਕੇ ਨਾ ਹੱਥ, ਰੋੜਿਆਂ ਛੋੜਿਆਂ ਚ ਲਾ ਲਾ ਕੇ ਗੰਡਾ। ਤੇ ਟੈਨਸ਼ਨ ਨੀ ਲੈਣੀ, ਦਿੱਤਾ ਜਾਏਗਾ ਜਦੋਂ ਪੂਰੇ ਹੋ ਗਏ ਸਾਡੇ ਕੋਲ ਮਹੀਨੇ ਡੇਢ ਚ ਤੁਹਾਡੇ ਪੈਸੇ, ਤੁਹਾਨੂੰ ਗਲੈਕਸੀ 5 ਕੇ ਗਲੈਕਸੀ 6 ਭੇਜ ਦਿਆਂਗੇ। ਸਹੀ ਲਾਲਾ ਜੀ, ਇੰਨੀ ਬੜੀ ਹੈ, ਸਾਰੇ ਭਰਾਵਾਂ ਨੂੰ ਅਗਲੀ ਸਮਝ ਤੇ ਆਏਗੀ ਹੋਣੀ, ਹੁਣ ਕਿਹੋ ਅਗਲਾ ਵੀ ਰੋ ਕੇ ਤੁਹਾਨੂੰ ਦੱਸੀਏ, ਬਾਕੀ ਇੰਨੀ ਗੱਲ ਨਾਲ ਤੁਸੀਂ ਸਮਝ ਗਏ ਹੋਣੇ ਹੋ, ਸਿਆਣੇ ਇਸ਼ਾਰਾ ਹੀ ਕਾਫੀ ਹੁੰਦਾ।